ਗਲਤ 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 ਕਰ ਰਿਹਾ ਹੈ ਤੁਸੀਂ ਰਸਤੇ ਪਾਉਣਾ ਕੋਈ ਹੋਰ ਗੱਲ ਹੈ ਕਿਵੇਂ ਲੋਕਾਂ ਨੂੰ ਕਹਿੰਦੇ ਦਸਮ ਗ੍ਰੰਥ ਦੀ ਕਥਾਵਾਸ ਕੀ ਕਰ ਮੈਨੂੰ ਤੁਸੀਂ ਨਹੀਂ ਮੈਨੂੰ ਕੁਝ ਦੱਸੋ ਤੁਸੀਂ ਆਪ ਕਹਿੰਦੇ ਮੈਨੂੰ ਕੁਝ ਦੱਸੋ ਮੇਰਾ ਕੋਈ ਟੈਪੈਸੀ ਲਿਆਓ ਜਿਸ ਵਿੱਚ ਆਖਿਆ ਵੇ ਦਸਮ ਗ੍ਰੰਥ ਨੂੰ ਮੰਨੂ ਤਾਂ ਜ਼ਿਆਦਾ ਕਹਿ ਰਹੇ ਹੋ ਕਿ ਮੈਂ ਦਸਮ ਗ੍ਰੰਥ ਤਾਂ ਮੰਨਦਾ ਸੀ ਬਿਲਕੁਲ ਨਹੀਂ ਮੈਂ ਤੁਹਾਨੂੰ ਇੱਕ ਮੂਡੋ ਕਹਿ ਰਹੇ ਹਾਂ ਕਿ ਮੈਂ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਸੀ ਸ਼ਬਦ ਜਿਹੜੇ ਪੜੇ ਨੇ ਉਹ ਅੰਮ੍ਰਿਤ ਕੀਰਤਨ ਵਿੱਚੋਂ ਕਿਉਂਕਿ ਉਹਨਾਂ ਨੇ ਉਹ ਸ਼ਬਦ ਗੁਰਬਾਣੀ ਦੇ ਨਾਮ ਥੱਲੇ ਪਾਏ ਹੋਏ ਨੇ ਤੇ ਸਾਰੇ ਹੀ ਪੜਦੇ ਰਹੇ ਦਸਮ ਗ੍ਰੰਥ ਨੂੰ ਮੈ ਕਿ ਜਿਹੜੀਆਂ ਦੋ ਚੀਜ਼ਾਂ ਦੇ ਤੁਸੀਂ ਫੈਸਲੇ ਕਰ ਚੁੱਕੇ ਉਹ ਤਾਂ ਮੈਂ ਮੇਰਾ ਬਲਕਿ ਨਹੀਂ ਤੁਹਾਡੇ ਫੈਸਲੇ ਨੂੰ ਲਾਗੂ ਕਰੋ ਮੈਂ ਉੱਥੇ ਲਿਖਿਆ ਹੈ ਕਿ ਪਹਿਲੀ ਚੀਜ਼ ਇਹ ਕਿ ਤੁਹਾਡੇ ਫੈਸਲੇ ਮੁਤਾਬਕ ਜਿੰਨਾ ਜਿੰਨਾ ਥਾਵਾਂ ਤੇ ਪ੍ਰਕਾਸ਼ ਹੁੰਦਾ ਹੈ ਦੂਜਾ ਉੱਥੋਂ ਹਟਾਓ ਜੀ ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਗੁਰੂ ਇੱਕੋ ਹੈ ਇੱਕੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਦਾ ਕੇਂਦਰ ਹੈ ਜੀਵਨ ਦਾ ਇਹ ਤਾਂ ਕੋਈ ਮੁਨਕਰ ਨਹੀਂ ਬਿਲਕੁਲ لیکن مرز ارس کا بتنا بھی ਦੱਸਾਂਗਾ ਮੁਨਕਰ ਹੈ ਕਿ ਨਹੀਂ ਕੌਣ ਲੋਕ ਮੁਨਕਰ ਨੇ ਮੈਂ ਤੁਹਾਡੇ ਸਾਹਮਣੇ ਰੱਖਿਆ ਇਹ ਇਹ ਗੱਲ ਜਿਹੜੀ ਇੱਕ ਮਿੰਟ ਇਹ ਗੱਲ ਹੁਣ ਇਹ ਜਿਹੜੀ ਇੱਕ ਇਹ ਗੱਲ ਨਾ ਜਿਹੜੀ ਇਸ ਤਰ੍ਹਾਂ ਕਿਉਂਕਿ ਵਕਤ ਦੀ ਸੀਮਾ ਤੇ ਅਸੀਂ ਇੱਕ ਛੋਟਾ ਜਿਹਾ ਨਹੀਂ ਮੈਂ ਅਸੀਂ ਬ੍ਰੇਕ ਤੋਂ ਬਾਅਦ ਇੱਥੇ ਗੱਲ ਸ਼ੁਰੂ ਕਰਾਂਗੇ ਇਹ ਜਿਹੜੀ ਪ੍ਰੈਸਰ ਸਾਹਿਬ ਨਾਲ ਅਸੀਂ ਪ੍ਰੈਸਰ ਦਰਸ਼ਨ ਸਿੰਘ ਉਹਨਾਂ ਨਾਲ ਬੜੀਆਂ ਖਰੀਆਂ ਤੇ ਬੜੀਆਂ ਸੱਚੀਆਂ ਗੱਲਾਂ ਜਿਹੜੇ ਕਰ ਰਹੇ ਆ ਬਸ ਇੱਕ ਬ੍ਰੇਕ ਤੋਂ ਬਾਅਦ ਅਸੀਂ ਫੇਰ ਇਹ ਗੱਲ ਜਾਰੀ ਰੱਖਾਂਗੇ ਪ੍ਰੈਸਰ ਸਾਹਿਬ ਜਿਵੇਂ ਆਪਾਂ ਜਾਣ ਤੋਂ ਪਹਿਲਾਂ ਗੱਲ ਕਰੇ ਸੀ ਨੂੰ ਬ੍ਰੇਕ ਤੇ ਕਿ ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਪਰ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਝੁਮੇਪਾਰੀ ਜਿਹੜੀ ਸੜੀਏ ਦੋਨੋਂ ਤਰ੍ਹਾਂ ਦੇ ਵਿਦਵਾਨਾਂ ਦੀ ਕਥਾਵਾਚਕਾਂ ਦੀ ਜਿਨ੍ਹਾਂ ਨੇ ਕੌਮ ਨੂੰ ਇਸ ਦੁਬਦੋਂ ਚੋਂ ਕੱਢਣਾ ਅਸੀਂ ਹਾਲ ਤੱਕ ਇੱਕ ਨਿਰੀਧੇ ਨਹੀਂ ਪਹੁੰਚ ਚੁੱਕੇ ਕੀ ਇਹਦੇ ਪਿੱਛੇ ਕੋਈ ਸਰਕਾਰੀ ਕੋਈ ਗੈਰ ਸਰਕਾਰੀ ਕੋਈ ਤੀਜੀ ਧਿਰ ਕੋਈ ਸਿਆਸਤ ਕੀ ਕੰਮ ਕਰਦੀ ਹੈ ਮੈਂ ਜਿ ਸਚਾਈ ਮੈਂ ਬੜਾ ਸਪਸ਼ਟ ਕਰਨਾ ਚਾਹਨਾ ਤੀਜੀ ਧਿਰ ਇੰਦੇ ਚ ਕੰਮ ਕਰ ਰਹੀ ਹੈ ਔਰ ਹਮੇਸ਼ਾ ਕਰਦੀ ਰਹੀ ਹੈ ਜੀ ਭਾਵੇਂ ਅੱਜ ਵੀ ਆਰਐਸਐਸ ਬੀਜਪੀ ਦੇ ਰਹੀ ਅਕਾਲੀ ਦਲ ਤੇ ਪ੍ਰੈਸ਼ਰ ਪਾ ਕੇ ਅਕਾਲੀ ਦਲ ਦੇ ਰਹੀ ਪਹਿਰੇਆ ਸ਼ਰਮਣੀ ਕਮੇਟੀ ਔਰ ਤਖਤ ਸਹਿਬਾਨਾਂ ਦੇ ਜਥੇਦਾਰਾਂ ਤੇ ਜੀ ਨਹੀਂ ਤਾਂ ਇਹ ਬੜੀ ਆਸਾਨੀ ਨਾਲ ਮਸਲੇ ਹੱਲ ਹੋ ਸਕਦੇ ਨੇ ਮੈਂ ਆਪ ਇਸ ਗੱਲ ਦੀਆਂ ਭਾਵਨਾ ਤੁਸੀਂ ਕਾਂਗਰਸ ਆ ਕਿਉਂ ਨਾ ਆਉਂਦਾ ਕਾਂਗਰਸ ਸਿੱਧਾ ਅਕਾਲੀ ਦਲ ਦੇਣੀ ਤੇ ਅਕਾਲੀ ਦਲ ਨਾਲ ਜੁੜਿਆ ਹੈ ਕਾਂਗਰਸ ਵੀ ਤਾਂ ਸਿੱਧਾ ਤੌਰ ਤੇ ਦਖਲ ਦੇ ਹੀ ਰਹੀ ਹੈ ਇਸ ਮਸਲੇ ਤੇ ਕਿਉਂਕਿ ਇਸ ਲਈ ਸੰਬੰਧ ਇਹਨਾਂ ਦਾ ਜੁੜਦਾ ਹੈ ਕਿਉਂਕਿ ਜਿਹੜਾ ਸ਼ਰੂਨੀ ਕਮੇਟੀ ਅਧਾਰਾ ਹੈ ਜੀ ਉਹ ਇਸ ਵੇਲੇ ਇਹਨਾਂ ਦੇ ਹੱਥ ਵਿੱਚ ਹੈ ਹੂੰ ਇੰਦੇ ਨਾਲ ਕਾਂਗਰਸ ਦਾ ਕੋਈ ਸੰਬੰਧ ਨਹੀਂ ਮੈਂ ਉਹਨਾਂ ਦਾ ਕੋਈ ਲਿਹਾਜ਼ ਕਰਕੇ ਨਹੀਂ ਕਹਿ ਰਿਹਾ ਮੈਂ ਵਕਤ ਦੇ ਹਾਲਾਤ ਕਰਕੇ ਜਿਹੜੀ ਇਸ ਵੇਲੇ ਆਧਾਰਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਸਰਨਾ ਔਰ ਸੀਲਾ ਦੇਖਸ਼ਤ ਉਹਨਾਂ 'ਚ ਕੋਈ ਫਰਕ ਨਹੀਂ ਇੰਦੇ ਨਾਲ ਕੋਈ ਕੰਸਰਨ ਨਹੀਂ ਉਹਨਾਂ ਦਾ ਕਿਉਂ ਨਹੀਂ ਕਰਸਾ ਜੇ ਉਹਨਾਂ ਦਾ ਜ਼ਿਕਰ ਸਰ ਨਹੀਂ ਤੁਹਾਡਾ ਪਰਮਜੀਤ ਸਰਨਾ ਉੱਥੇ ਕਿਉਂ ਜਾਂਦਾ ਨਹੀਂ ਫਿਰ ਮੇਰੀ ਗੱਲ ਨਹੀਂ ਸਮਝਦੇ ਉਹ ਤਾਂ ਐਜ਼ ਇੱਕ ਸਿੱਖ ਮੇਰੇ ਜਾਂ ਇਸ ਗੱਲ ਨੂੰ ਨਿਵੇੜਣ ਵਾਸਤੇ ਜਾਂਦਾ ਵਕੀ ਗੱਲ ਹੈ ਲੇਕਿਨ ਸ਼ਰਮਣੀ ਕਮੇਟੀ ਵਿੱਚ ਸਰਨੇ ਦਾ ਕੋਈ ਦਖਲ ਨਹੀਂ ਮੈਂ ਇਸ ਵੇਲੇ ਸ਼ਰਮਣੀ ਕਮੇਟੀ ਸੱਦੇ ਤੌਰ ਤੇ ਚਲੋ ਗੱਲ ਠੀਕ ਹੈ ਤੁਸੀਂ ਕਰੋ ਕਿਉਂਕਿ ਸ਼ਰਮਣੀ ਕਮੇਟੀ ਦਾ ਜਿਹੜਾ ਸੰਸਦ ਦਾ ਬੀਜਪੀ ਤੇ ਅਕਾਲੀ ਦਲ ਨੇ ਬਣਾਇਆ ਬੀਜਪੀ ਦਾ ਵਿਉਜਕ ਕੀ ਹੈ ਉਹ ਅਕਾਲੀ ਦਲ ਦਾ ਹਰ ਚੀਜ਼ ਦਾ ਕੰਟਰੋਲ ਕਰ ਰਿਆ ਨੇ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਰੋਮੀ ਅਕਾਲੀ ਦਲ ਦੇ ਜਿਹੜੇ ਬੰਦੇ ਖੜਦੇ ਨੇ ਤੇ ਜੇ ਇਹੀ ਗੱਲ ਉੱਥੇ ਹੋ ਰਹੀ ਹੈ ਜਿਹੜੀ ਤੁਸੀਂ ਕਹਿੰਦੇ ਨਕਾਰ ਰਹੇ ਹੋ ਤੁਸੀਂ ਕਹਿ ਰਹੇ ਹੋ ਉਹਨੂੰ ਭਾਰਤੀ ਜਨਤਾ ਪਰ ਆਰਐਸਐਸ ਕੰਟਰੋਲ ਕਰ ਰਹੀ ਹੈ ਦੂਜੇ ਪਾਸੇ ਇਹ ਉਹ ਤਰ੍ਹਾਂ ਇਲਜ਼ਾਮ ਲਾਉਂਦੀ ਹੈ ਉਹਨੂੰ ਕਾਂਗਰਸ ਕੱਢ ਰਹੀ ਹੈ ਨਹੀਂ ਜੀ ਇਹ ਤਾਂ ਸਾਡੇ ਇਹ ਗੱਲ ਤਾਂ ਮੈਂ ਸਮਝਦਾ ਵੀ ਇਹ ਕੁਐਸਚਨ ਹੀ ਅੱਜ ਦੇ ਯੋਗਿੰਦਰ ਪੜੇ ਲਿਖੇ ਯੋਗਿੰਦਰ ਕਿ ਇੱਕ ਬੜਾ ਤੁਸੀਂ ਆਰਐਸਐਸ ਕਿਵੇਂ ਕਰ ਰਹੀ ਹੈ ਮੈਂ ਕਿਉਂਕਿ ਆਰਐਸਐਸ ਪੇਰੈਂਟਸ ਜਮਾਤ ਹੈ ਬੀਜੇਪੀ ਦੀ ਤੇ ਬੀਜੇਪੀ ਭਾਈਵਾਲ ਹੈ ਬਾਦਲ ਗੁਰਪਤਰੀ ਬਾਦਲ ਗੁਰਪਤਰੀ ਦੀ ਉਹਦੀ ਸਾਂਝ ਹੋਣ ਕਰਕੇ ਉਹ ਉਹਦਾ ਆਪਣਾ ਪ੍ਰੈਸ਼ਰ ਰੱਖਦੀ ਹੈ ਕਿ ਆ ਗ੍ਰੰਥ ਵਿੱਚੋਂ ਨਹੀਂ ਨਿਕਲਣਾ ਚਾਹੀਦਾ ਈਵਨ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਕੋਈ ਬਿਆਨ ਦਿੰਦੇ ਨਹੀਂ ਕਿ ਸਾਨੂੰ ਪ੍ਰਵਾਨ ਨਹੀਂ ਇਹ ਵੀ ਕਹਿੰਦੇ ਨੇ ਅਸੀਂ ਉਹ ਦੁਬਾਰਾ ਸੌਦੇ ਦੇ ਅਸਲ ਨਾਲ ਕੱਟਨੇ ਆਖਰ ਪ੍ਰੈਸ਼ਰ ਤਾਂ ਕਮ ਕਰ ਰਿਹਾ ਹੈ ਸਰਕਾਰੀ ਜੋ ਕਰ ਰਿਹਾ ਮੈਂ ਹੁਣ ਤੁਹਾਨੂੰ ਉਸ ਪਾਸੇ ਬਦਲਣਾ ਚਾਹਣਾ ਕਿ ਇਹ ਕਿਉਂ ਨਹੀਂ ਨਿਬੇੜਾ ਹੋ ਰਿਹਾ ਗਲਤ ਉੱਤੇ ਆ ਗਈ ਕਿਉਂ ਕਿ ਕਿਉਂਕਿ ਇਹ ਨਹੀਂ ਕਿ ਅਸੀਂ ਨਹੀਂ ਚਾਹੁੰਦੇ ਨਿਬੇੜਾ ਹੋਏ ਜੇ ਅਸੀਂ ਨਾ ਚਾਹੁੰਦੇ ਹੁੰਦੇ ਸਿਰਫ ਵਾਦ ਵਿਵਾਦ ਹੀ ਖੜਾ ਕਰਨਾ ਚਾਹੁੰਦੇ ਹੁੰਦੇ ਤਾਂ ਆ 4 ਤਰੀਕ ਦਾ ਤੁਸੀਂ ਇਸ਼ਤਿਹਾਰ ਮੇਰਾ 35 ਜਨ ਤੋਂ ਪਹਿਲਾਂ ਦਾ ਬੜੇ ਸਤਕਾਰ ਨਾਲ ਲਿਖਿਆ ਹੋਇਆ ਤੇ ਭਲੋ ਇਸ ਗੱਲ ਨੂੰ ਤੁਸੀਂ ਕੌਮ ਦੇ ਵਾਰਿਸ ਹੋ ਬਣਦੇ ਹੋ ਤੇ ਤੁਹਾਡੇ ਫਰਜ਼ ਬਣਦੇ ਨੇ ਕਿ ਇਸ ਕੰਮ ਨੂੰ ਨਿਭਾੜੋ ਇਸ ਲਈ ਆ ਮੇਰੀ رائے ਹੈ ਕਿ ਜੇ ਤੁਸੀਂ ਨਿਭੜਨਾ ਚਾਹੋ ਤਾਂ ਇਉਂ ਨਿਭੜ ਸਕਦਾ ਹੈ ਇਹ वाद ਵਿਵਾਦ ਖਤਮ ਹੋਣਾ ਚਾਹੀਦਾ ਹੈ ਹਮੇਸ਼ਾ ਵਾਸਤੇ ਮੈਂ ਇਹ ਵੀ ਕਿਹਾ ਮੈਂ ਆਖਿਆ ਹੁਣ ਕੌਮ ਦੀ ਪੀੜਾ ਬਣ ਗਈ ਇਹਨੂੰ ਕਿੰਨੀ ਦੇਰ ਆਪਾਂ ਨੀਂਦ ਦੀਆਂ ਗੋਲੀਆਂ ਦੇ ਕੇ ਸੌਵਾਂਗੇ ਆਖਰ ਉੱਠਣਗੇ ਫਿਰ ਚੰਗੀ ਗੱਲ ਹੈ ਕਿ ਇਹਨੂੰ ਨਿਭਾੜੋ ਮੈਂ ਉੱਥੇ ਲਫ਼ਜ਼ ਲਿਖੇ ਨੇ ਕਿ ਤੁਸੀਂ ਆਪਣੇ ਕੀਤੇ ਹੋਏ ਫੈਸਲਿਆਂ ਨੂੰ ਹੀ ਲਾਗੂ ਕਰਕੇ ਪਹਿਲਾਂ ਤਾਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਬਰਾਬਰ ਤੋਂ ਇਸ ਗ੍ਰੰਥ ਦਾ ਪ੍ਰਕਾਸ਼ ਹਟਾਓ ਇਹ ਫੈਸਲੇ ਹੋ ਚੁੱਕੇ ਤੋਂ ਤੁਸੀਂ ਕੀਤੇ ਹੋਏ ਨੇ ਦੂਜਾ ਇੱਕ ਐਸੀ ਸਾਰੇ ਮੰਨਦੇ ਆ ਹਰ ਸਿੱਖ ਮੰਨਦਾ ਹੈ ਔਰ ਤੁਸੀਂ ਵੀ ਮੰਨਦੇ ਹੋ ਕਿ ਉਹ ਗ੍ਰੰਥ ਗੁਰੂ ਨਹੀਂ ਫਿਰ ਕਿੰਨੇ ਅਧਿਕਾਰ ਦਿੱਤਾ ਹੈ ਕਿ ਉਹਦੇ ਟਾਈਟਲ ਤੇ ਲਿਖਿਆ ਹੋਇਆ ਦਸਮ ਛੋਟਾ ਜਿਹਾ ਕਰਕੇ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਸਿੱਖ ਦੀ ਭਾਵਨਾ ਨੂੰ ਠੇਸ ਪਹੁੰਚਾਉਂਦਾ ਹੈ ਬਰਾਬਰ ਪ੍ਰਕਾਸ਼ ਹੋਵੇ ਤੇ ਲਿਖਿਆ ਵੀ ਜੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਕਿਹਾ ਉਹਦੇ ਨਾਲੋਂ ਗੁਰੂ ਸ਼ਬਦ ਹਟਾਓ ਜਦ ਗੁਰੂ ਹੈ ਨਹੀਂ ਗੁਰੂ ਸ਼ਬਦ ਹਟਾ ਦਿਓ ਤੀਜੇ ਮੈਂ ਕਿਹਾ ਆਸਾਨੀ ਨਾਲ ਫੈਸਲਾ ਹੁੰਦਾ ਜਿਹੜਾ ਰਹਿ ਗਿਆ ਰਚਨਾਵਾਂ ਦਾ ਵਿਰੋਧ ਵੀ ਕਿਹੜੀ ਕਿਹੜੀ ਰਚਨਾਵਾਂ ਵਿੱਚ ਜਾਇਜ਼ ਨੇ ਕਿਹੜੀਆਂ ਨਜਾਇਜ਼ ਨੇ ਪੰਥ ਪ੍ਰਵਾਨ ਨੇ ਕਿਹੜੀਆਂ ਨੇ ਕਿੜੀਆਂ ਪੰਥ ਕਾਤਕ ਨੇ ਉਹ ਸਾਰਾ ਮੈਂ ਕਿਹਾ ਮੈਂ ਨਹੀਂ ਦਖਲ ਦਿੰਦਾ ਵਿੱਚ ਤੁਸੀਂ یوں ਕਰੋ ਵੀਕ ਸਿੰਘ ਵਿਦਵਾਨ ਜਿਹੜੇ ਨੇ ਦੋਹਾਂ ਤਰ੍ਹਾਂ ਦੇ ਜਿਹੜੇ ਉਹਨੂੰ ਮੰਨਦੇ ਨੇ ਜਿਹੜੇ ਨਹੀਂ ਮੰਨਦੇ ਆ ਆਖਰ ਵਿਚਾਰਤਾ ਫੈਸਲਾ ਤਾਂ ਹੀ ਉਹਨਾਂ ਨੇ ਉੱਥੇ ਮੈਂ ਲਿਖਿਆ ਦੋਹਾਂ ਤਰ੍ਹਾਂ ਦੇ ਵੀਕ ਵਿਦਵਾਨ ਬੁਲਾ ਲਓ ਇਕੱਠੇ ਕਰਕੇ ਉਹਨਾਂ ਨੂੰ ਗ੍ਰੰਥ ਸੌਂਪ ਦਿਓ ਫਿਰ ਅੱਗੇ ਉਹਨੇ ਇਹ ਵੀ ਆਖਿਆ ਲਿਖਿਆ ਬਾਤ ਵੀ ਦੇਖੋ ਬਾਦਰੀਲ ਟੰਗ ਨਾਲ ਕਿਸੇ ਪ੍ਰੈਸ਼ਰ ਜਾਂ ਖੌਫ ਤੋਂ ਉੱਚਾ ਉੱਠ ਕੇ ਸਾਰਾ ਉੱਥੇ ਵੀਡੀਓ ਰਿਕਾਰਡਿੰਗ ਹੋਵੇ ਤਾਂ ਕਿ ਪਤਾ ਲੱਗੇ ਕੋਈ ਇਹਨਾਂ ਦੇ ਤੇ ਪ੍ਰੈਸ਼ਰ ਤਾਂ ਨਹੀਂ ਪਾਉਂਦਾ ਕੋਈ ਖੌਫ ਜਾਂ ਕੋਈ ਇਹਦੀ ਗੱਲ ਧਮਕੀ ਦੀ ਤਾਂ ਨਹੀਂ ਦਿੰਦਾ ਬਾਦਰੀਲ ਟੰਗ ਨਾਲ ਉਹ ਇਹਨਾਂ ਚੀਜ਼ਾਂ ਦਾ ਨਿਰਣੇ ਕਰ ਲੈਣ ਜਿਹੜੀਆਂ ਰਚਨਾਵਾਂ ਜਿਹੜੀਆਂ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤ ਦੀ ਕਨਸੈਪਟ ਤੇ ਪੂਰੀਆਂ ਉਤਰਦੀਆਂ ਨਜ਼ਰ ਆਉਣ ਉਹ ਵਖਾਲ ਕਰ ਲੈਣ ਜਿਹੜੀਆਂ ਨਾ ਪ੍ਰਤੀਕੋਲ ਹੋਣ ਨਾ ਪੂਰੀਆਂ ਉਤਰਦੀਆਂ ਹੋਣ ਤੇ ਕਹਤਕ ਸਿੱਧੇ ਹੋਣ ਉਨਾ ਨਵਾਂ ਕਾਰਟ ਇਹ ਥੋੜਾ ਸਿਚੁਏਸ਼ਨ ਹੈ ਇਹ ਸਿਚੁਏਸ਼ਨ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ 3 ਸਾਲ ਉਦੋਂ ਤੁਸੀਂ ਕਿਉਂ ਨਾ ਕਿਹਾ ਹੁਣ ਇਸ ਪਾਸੇ ਆਇਓ ਪਰੰਤ ਇਹ ਕਿ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੁੰਦਿਆ ਹੋਇਆ ਜੇ ਤੁਸੀਂ ਕੁਐਸਚਨ ਕਰੋ ਕਿ ਮੇਰਾ ਉਹ ਜਥੇਦਾਰੀ ਦਾ ਸਮਾਂ ਅੱਜ ਵਾਲਾ ਸੀ ਇਸ ਬੰਨੀ ਹੁਣ ਪੂਰੀ ਕਰ ਲੈਂਦੇ ਗਏ। ਜੀ ਉਹ ਵਕਤ ਸੀ ਜਦੋਂ ਪਹਿਲਾਂ ਸਿੱਖੀ ਦੀ ਫਿਜ਼ੀਕਲੀ ਜਾਨ ਬਚਾਉਣ ਦਾ ਮਸਲਾ ਸੀ। ਰੋਜ਼ ਬੰਬ ਚੱਲ ਰਹੇ ਸਨ, ਰੋਜ਼ ਚੁੱਕ-ਚੁੱਕ ਕੇ ਬੱਚਿਆਂ ਨੂੰ ਪੁਲਾਂ ਤੇ ਜਾ ਕੇ ਹੱਥੇ ਮਾਰਿਆ ਜਾ ਰਿਹਾ ਸੀ। ਇਹਨਾਂ ਹਾਲਾਤਾਂ ਵਿੱਚ ਮੈਂ ਦਿਨ ਰਾਤ ਉੱਥੇ ਬਿਜ਼ੀ ਸਾਂ ਔਰ ਬਿਜ਼ੀ ਹੁੰਦਾ ਹੋਇਆ ਵੀ ਫਿਰ ਆਪਣੀ ਜਾਣ ਦੀ ਪ੍ਰਵਾਹ ਨਾ ਕਰਦੇ ਆ ਇਸ ਵਿਸ਼ੇ ਨੂੰ ਵੀ ਛੇੜਿਆ ਮਾਨੰਦਰ ਆਇਆ ਵੀ ਸਿੱਖ ਰਹਿਤ ਮਰਯਾਦਾ ਇੱਕ ਹੋਵੇ ਜਿਸ ਦਿਨ ਸਿੱਖ ਰਹਿਤ ਮਰਯਾਦਾ ਦੂਜੇ ਤਖਤਾਂ ਤੇ ਮੰਨੀ ਜਾਏਗੀ ਉਸ ਦਿਨ ਕੁਦਰਤੀ ਇਹ ਗੱਲ ਵੀ ਮੰਨੀ ਜਾਏਗੀ ਕਿ ਇਥੇ ਦੂਜਾ ਪ੍ਰਕਾਸ਼ ਨਾ ਹੋਵੇ ਇਸ ਲਈ ਮੇਰਾ ਫਰਜ਼ ਹੈ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਦੋਂ ਤੱਕ ਇਹ ਹਲਤ ਸੀ ਕਿ ਇਹਨਾਂ ਦੋਹਾਂ ਤਖਤਾਂ ਦੇ ਜਥੇਦਾਰ ਤੁਹਾਡੇ ਕਿਸੇ ਦੁੱਖ ਸੁੱਖ ਵਿੱਚ ਆਉਂਦੇ ਵੀ ਨਹੀਂ ਸਨ ਫਾਰ ਐਗਜ਼ਾਮਪਲ ਮੈਥਡ ਇੱਥੇ ਚੌੜਸੀ ਦੇ ਹਾਲਾਤ ਵਾਪਰ ਗਏ ਇਧਰੋਂ ਪੰਥ ਵੱਲੋਂ ਇੱਕ ਸੱਦਾ ਸਰਬੱਤ ਖਾਲਸੇ ਦਾ ਆਇਆ। ਉਸ ਸਰਬੱਤ ਖਾਲਸੇ ਵਿੱਚ ਦੋਹਾਂ ਨੂੰ ਰੋਕ ਦਿੱਤਾ ਗਿਆ, ਦੋਨੋਂ ਜਥੇਦਾਰ ਨਹੀਂ ਆਏ, ਸ਼ਾਮਲ ਵੀ ਨਹੀਂ ਹੋਏ। ਇਸ ਹਾਲਾਤ ਵਿੱਚ ਵੀ ਜਦੋਂ ਕੌਂਦੀਆਂ ਲਾਸ਼ਾਂ ਮੌਜੂਦ ਸਨ, ਉਦੋਂ ਵੀ ਨਹੀਂ ਆਏ। ਔਰ ਦੂਜੇ ਪਾਸੇ ਮਤਲਬ ਇੱਕ ਸਰਬੱਤ ਖਾਲਸੇ ਨਾਮ ਦਾ ਅਡੰਬਰ ਬੂਟਾ ਸਿੰਘ ਨੇ ਕੀਤਾ, ਉੱਥੇ ਹੋਇਆ। ਉਹਨਾਂ ਦੇ ਵਿੱਚ ਦੋਨੋਂ ਜਥੇਦਾਰ ਆਏ। ਇਹ ਹਾਲਾਤ ਸਨ। ਫਿਰ ਵੀ ਮੈਂ ਆਪਣਾ ਤਹਈਆ ਕੀਤਾ, ਮੇਰਾ ਫਰਜ਼ ਹੀ ਜਾਣਾ। ਮੈਂ ਇਥੋਂ ਮੇਰੇ ਕੋਲ ਸਾਥੀ ਮੈਂ ਉਹਨਾਂ ਦੇ ਨਾਮ ਵੀ ਲੈ ਸਕਣਾ ਆ ਆਜ ਵੀ ਸ਼੍ਰੋਮਿੰਗ ਮੈਡੀਕਲ ਮੁਲਾਜ਼ਮ ਹੈ ਕਿਰਪਾਲ ਸਿੰਘ ਚੋਹਾਨ ਸੰਤ ਮੱਖਣ ਸਿੰਘ ਸਤਵਾਲੀ ਗਲੀ ਵਾਲੇ ਤਾਂ ਇਹ ਗਲਤ ਤੁਹਾਡਾ ਸਵਾਲ ਜਵਾਬ ਤੁਹਾਡਾ ਇਹ ਹੈ ਕਿ ਉਸ ਟਾਈਮ ਦੀ ਮੇਰੀ ਪੂਰੀ ਕੋਸ਼ਿਸ਼ ਸੀ ਕਿ ਪਹਿਲਾਂ ਇਹ ਹਾਣ ਨਾ ਪ੍ਰਤੀਕੂਲ ਨਹੀਂ ਸੀ ਜੋ ਜੋ ਤੁਸੀਂ ਕਹਾ ਉਸ ਸਮੇਂ ਜੇ ਅਸੀਂ ਕੋਸ਼ਿਸ਼ ਕੀਤੀ ਉਸ ਸਮੇਂ ਦੇ ਅੰਦਰ ਜਦੋਂ ਤੁਸੀਂ ਸਾਬਕਾ ਜਥੇਦਾਰ ਬਣ ਗਏ ਉਦੋਂ ਇਹ ਇਸ਼ੂ ਤੁਹਾਡੇ ਕਿਉਂਕਿ ਮੈਂ ਉਹ ਉਹ ਮੋੜ ਤੇ ਉਹਨਾਂ ਬਾਰੀਆਂ ਮੈਂ ਇਹ ਮਤਲਬ ਕੋਈ ਛੋਟੇ ਕੋਲ ਹੋਰ ਕੋਈ ਇਸ਼ੂ ਇਸ਼ੂ ਨਹੀਂ ਸੀ ਤੁਸੀਂ ਇਹ ਇਸ਼ੂ ਉਠਾ ਲਿਆ ਤੇ ਇੱਕ ਰਸ ਕਰਾਂ ਇਹ ਇਸ਼ੂ ਤਾਂ ਮੈਂ ਤਾਂ ਉਠਾਇਆ ਪਿਛਲੇ ਗੁਰੂ ਪਰ ਇਹਦਾ ਮਤਲਬ ਦੂ ਪਹਿਲਾਂ ਤੁਹਾਨੂੰ ਇਸ ਬਾਰੇ ਕੋਈ ਗੱਲ ਨਹੀਂ ਸੀ ਦੱਸਦਾ ਜੇ ਪਿਛਲੇ ਗੁਰੂ ਪਰ ਇਹਦਾ ਮਤਲਬ ਇਹ ਨਹੀਂ ਸਾਹਿਬ ਤੁਸੀਂ ਚੁੱਪ ਰਹੇ ਬਤ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਚੰਗੀ ਤਰ੍ਹਾਂ ਗੱਲ ਤਾਂ ਸੁਣੋ ਤੇ ਸਵਾਦ ਹੈ ਤੁਹਾਡੀ ਗੱਲ ਕੰਚ ਮੈਨੂੰ ਆ ਰਿਹਾ ਜਵਾਬ ਦੇਣ ਦਾ ਕਿਉਂਕਿ ਆ ਤੁਹਾਡੇ ਲਈ ਪਹਿਲੀ ਗੱਲ ਕਿ ਮੈਂ ਹਮੇਸ਼ਾ ਇਹ ਸੋਚਿਆ ਵੀ ਕੋਈ ਮੈਨੂੰ ਇਹ ਨਾ ਖੇ ਵੀ ਇਹ ਖਰੇਵਾ ਵਿਵਾਦ ਛੇੜਦਾ ਜੀ ਮੈਂ ਹਾਲਾਤ ਬਦਲ ਦੇਣਾ ਇਹਨਾਂ ਨੇ ਉੱਥੇ ਪ੍ਰਕਾਸ਼ ਕੀਤੀ ਰੱਖਿਆ ਆ 8 2008 ਵਿੱਚ 7 ਵਿੱਚ ਮੈਨੂੰ ਪਰਮਜੀਤ ਸਿੰਘ ਸਰ ਨਾ ਕਹਿੰਦੇ ਨੇ ਕਹਿਣ ਲੱਗੇ ਵੀ ਅਸੀਂ ਆਪਣਾ ਗੁਰਪ੍ਰਬ ਦਾ ਸਾਲ ਪਹਿਲਾਂ ਆਰੰਭ ਕਰਨਾ ਦੇਖੋ ਬਤਨ ਦੱਸਣਾ ਸਣਾ 27 ਕਿੱਥੋਂ ਕਿਉਂਕਿ ਆਪਣਾ ਸੁਭਾਅ ਰੱਖਿਆ ਉਹ ਸਪਸ਼ਟ ਕਰਨਾ ਕਹਿਣ ਲੱਗੇ ਵੀ ਆਪਸੀ ਕਿਉਂਕਿ 2 ਇੱਕ ਸਾਲ ਪਹਿਲਾਂ ਗੁਰਪ੍ਰਬ ਦਾ ਆਰੰਭ ਕਰਨਾ ਉਹ ਤਾਂ ਆਰੰਭਾ ਸਿੰਘ ਹਜੂਰ ਸਾਹਿਬ ਤੋਂ ਕਰਨਾ ਚਾਹਣੇ ਤੇ ਤੁਸੀਂ ਸਾਡੇ ਨਾਲ ਚੱਲੋ ਹਜੂਰ ਸਾਹਿਬ ਤੋਂ ਆਪਾਂ ਆਰੰਭ ਕਰੀਏ ਪਹਿਲਾਂ ਦੀਵਾਨ ਉੱਥੇ ਕਰੀਏ ਬੈਠੇ ਨੇ ਸਾਹਮਣੇ ਮੈਨੂੰ ਕੋਈ ਗੱਲ ਸਚਾਈ ਹੈ ਲੁਕਣ ਵਾਲੀ ਗੱਲ ਨਹੀਂ ਮੈਂ ਇਹਨਾਂ ਨੂੰ ਇਹ ਗੱਲ ਕਹੀ ਇਹਨਾਂ ਲਫ਼ਜ਼ਾਂ ਮੈਂ ਕਹਿੰਦਾ ਸਨਸਮੇਰਾ ਸੁਭਾ ਹੈ ਮੈਂ ਸਤਗੁਰੂ ਦੀ ਬੇਅਦਬੀ ਅੱਖੀਂ ਵੇਖ ਕੇ ਚੁੱਪ ਨਹੀਂ ਰਹਿ ਸਕਦਾ ਪੁੱਛਿਓ ਦੋਨੋਂ ਪਰ ਆ ਬੈਠੇ ਸਨ ਮੈਂ ਕਹਿੰਦਾ ਸਤਗੁਰੂ ਦੀ ਬੇਅਦਬੀ ਅੱਖੀਂ ਵੇਖ ਕੇ ਮੈਂ ਚੁੱਪ ਨਹੀਂ ਰਹਿ ਸਕਦਾ ਜਿਵੇਂ ਸ਼ਰਮਣੀ ਕਮੇਟੀ ਚੋਂ ਅਡੇ ਤਖਤ ਦੇ ਅਸਥਾਨ ਦੀ ਪਦਵੀ ਤੋਂ ਅਸਤੀਫਾ ਦੇ ਕੇ ਆਇਆ ਸਾ ਉਦੋਂ ਵੀ ਇਹ ਸੀ ਕਿਉਂਕਿ ਸ਼੍ਰਮਣੀ ਕਮੇਟੀ ਦੇ ਉਸ اجلاس ਵਿੱਚ ਸ੍ਰੀ ਗੁਰਗਨ ਸਾਹਿਬ ਦਾ ਆਦਬ ਕਾਇਮ ਨਹੀਂ ਰੱਖਿਆ ਗਿਆ ਜੇ ਮੈਂ ਕਾਇਮ ਰੱਖਣ ਲਈ ਆਵਾਜ਼ ਦਿੱਤੀ ਤਾਂ ਇਹਨਾਂ ਨੇ ਆਖਿਆ ਤੁਸੀਂ ਦਰਸ਼ਕ ਬਣ ਕੇ ਵੇਖੋ ਮੈਂ ਆਖਿਆ ਮੈਂ ਜਿਵੇਂ ਸੇਵਾਦਾਰ ਦਰਸ਼ਕ ਬਣ ਕੇ ਗੁਰੂ ਕੀ ਬੇਅਦਬੀ ਨਹੀਂ ਦੇਖ ਸਕਦਾ ਜੇ ਤੁਹਾਨੂੰ ਕੋਈ ਹੋਰ ਮਿਲਦਾ ਰੱਖਣ ਸਭ ਨੂੰ ਪਤਾ ਹੈ ਪ੍ਰੈਸ ਪ੍ਰੈਸ ਵਿੱਚ ਸਾਰੇ ਕੇਸ ਆਇਆ